ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਕ੍ਰਾਈਮ ਦੇ ਸੰਬੰਧੀ ਇੱਕ ਸਪੈਸ਼ਲ ਐਪੀਸੋਡ 'ਚ ਦੈਨਿਕ ਸਵੇਰਾ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ਹਿਰ ਵਿੱਚ ਇੱਕ ਸਾਈਕੋ ਕਿਲਰ, ਸਨਕੀ ਕਿਲਰ ਅਤੇ ਇੱਕ ਜਿਹੜਾ ਕੀ ਹੈ ਸੀਰੀਅਲ ਕਿਲਰ, ਜਿਹੜਾ ਕਿ 14 ਸਾਲਾਂ ਤੋਂ ਘੁੰਮ ਰਿਹਾ ਅਤੇ ਲੇਕਿਨ ਹਾਈਟੈਕ ਪੁਲਿਸ ਉਹਨੂੰ ਗ੍ਰਿਫਤਾਰ। ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ। ਉਸ ਦੀ ਉਮਰ ਅਤੇ ਉਸਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨਾਂਦੇੜ ਯਾਨੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ, ਸਾਡਾ ਬੇਟਾ ਹੈ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ। ਸਰ ਨਹੀਂ ਕਰ ਪਾਈ, ਤੁਹਾਨੂੰ ਦੱਸ ਦਿੰਦੇ ਹਾਂ। ਤੁਹਾਨੂੰ ਸ਼ੁਰੂ ਤੋਂ ਮਾਮਲੇ ਦੀ ਪੂਰੀ ਅਸੀਂ ਬਰੀਕੀ ਨਾਲ ਇਨਵੈਸਟੀਗੇਸ਼ਨ ਕੀਤੀ ਹੈ। ਤੁਹਾਨੂੰ ਦੱਸਦੇ ਹਾਂ, ਸਭ ਤੋਂ ਪਹਿਲਾਂ ਪਲਸੋਰਾ ਦੇ ਜਿਹੜੇ ਜੰਗਲ ਹੈ ਉਹਦੇ 'ਚ ਕੱਲ੍ਹ ਸ਼ਾਮ ਨੂੰ 4:30 ਵਜੇ ਦੇ ਕਰੀਬ ਮੋਹਾਲੀ ਫੇਸ 5 ਦੀ ਰਹਿਣ ਵਾਲੀ ਇੱਕ 55 ਸਾਲ ਦੀ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ ਅਤੇ ਉਸ ਮਹਿਲਾ ਦੇ ਸਿਰ 'ਤੇ ਅਤੇ ਸਰੀਰ ਦੇ ਕਈ ਅੰਗਾਂ 'ਤੇ ਸੱਟਾਂ ਦੇ ਕਾਫੀ ਨਿਸ਼ਾਨ ਮਿਲੇ ਸੀ, ਜਿਹਦੇ ਚੱਲਦਿਆਂ ਸੈਕਟਰ 39 ਥਾਣਾ ਦੀ ਪੁਲਿਸ ਨੇ ਹੱਤਿਆ ਦੀ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਲੇਕਿਨ ਜਿਹੜੀ ਕਿ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ, ਇਹ ਨਗਨ ਅਵਸਥਾ ਵਿੱਚ ਲਾਸ਼ ਬਰਾਮਦ ਹੋਈ ਸੀ, ਜਿਸ ਕਰਕੇ ਪੁਲਿਸ ਨੂੰ ਬਲਾਤਕਾਰ ਦੀ ਵੀ ਆਸ਼ੰਕਾ ਜਿਹੜੀ ਕੀ ਹੈ ਜਿਤਾਈ ਸੀ ਪੁਲਿਸ ਵੱਲੋਂ। ਅਤੇ ਲੇਕਿਨ ਜਦੋਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਤੁਹਾਨੂੰ ਸਭ ਤੋਂ ਪਹਿਲਾਂ ਇਸ ਮਾਮਲੇ ਦੀ ਪੂਰੀ ਗਹਿਨਤਾ ਤੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ। ਤੁਹਾਨੂੰ ਦੱਸਦੇ, ਸਭ ਤੋਂ ਪਹਿਲਾਂ 30 ਜੁਲਾਈ 2010 ਇੱਥੇ ਇੱਕ ਮਰਡਰ ਹੁੰਦਾ ਸੈਕਟਰ 38 ਵੈਸਟ ਵਿੱਚ, ਇੱਕ ਮਾਸੂਮ ਸੀਗੀ ਜਿਹਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਜਿਹੜਾ ਕਿ ਮਰਡਰ ਹੋਇਆ 13 ਜਨਵਰੀ 2022 ਮਲੋਇਆ ਦੇ ਜਿਹੜੇ ਸਨੇਹਾਲਿਆ ਦੇ ਕੋਲ ਜਿਹੜੇ ਜੰਗਲ ਹੈ ਉਹਦੇ 'ਚ ਇੱਕ ਮਹਿਲਾ ਜਿਹੜੀ ਹੈ ਉਹ ਨਗਨ ਅਵਸਥਾ ਵਿੱਚ ਮਿਲੀ ਸੀ ਅਤੇ ਬਾਅਦ ਵਿੱਚ ਪੁਸ਼ਟੀ ਵੀ ਹੋ ਗਈ ਸੀ ਬਲਾਤਕਾਰ ਦੀ ਅਤੇ ਰੇਪ ਤੋਂ ਬਾਅਦ ਉਹਦੀ ਵੀ ਹੱਤਿਆ ਕੀਤੀ ਗਈ ਸੀ। ਤੁਹਾਨੂੰ ਸਾਫ਼ ਤੌਰ 'ਤੇ ਦੱਸਦੇ ਹਾਂ, ਉਸ ਤੋਂ ਬਾਅਦ ਇਹ ਹੁਣ ਕੱਲ੍ਹ ਸ਼ਾਮ ਨੂੰ ਜਿਹੜੀ ਕੀ ਹੈ ਪਲਸੋਰਾ ਵਿੱਚ ਵੀ ਡੈੱਡ ਬੋਡੀ ਜਿਹੜੀ ਮਿਲੀ ਹੈ ਉਹ ਇਹ ਜਿਹੜੀ ਮਹਿਲਾ ਪਲਸੋਰਾ ਵਾਲੀ ਮਹਿਲਾ ਹੈ, ਇੱਕ ਦਿਨ ਪਹਿਲਾਂ ਘਰੋਂ ਲਾਪਤਾ ਹੁੰਦੀ ਹੈ। ਇਹਦਾ ਪਤੀ ਫੇਸ 1 ਮੋਹਾਲੀ ਦੇ ਥਾਣੇ ਵਿੱਚ ਆਪਣੀ ਰਿਪੋਰਟ ਦਰਜ ਕਰਵਾਉਂਦਾ ਹੈ ਅਤੇ ਅਗਲੇ ਦਿਨ ਕੱਲ੍ਹ ਸ਼ਾਮ ਨੂੰ 4:30 ਵਜੇ ਮਹਿਲਾ ਦੀ ਜਿਹੜੀ ਕੀ ਹੈ ਲਾਸ਼ ਬਰਾਮਦ ਹੋ ਜਾਂਦੀ ਹੈ। ਇਸੇ ਤਰ੍ਹਾਂ ਮਲੋਇਆ ਵਿੱਚ ਵੀ ਜਿਹੜੀ ਕਿ ਮਹਿਲਾ ਦਾ ਮਰਡਰ ਹੋਇਆ ਸੀਗਾ 13 ਜਨਵਰੀ 2022 ਨੂੰ, ਉਹ ਮਹਿਲਾ ਵੀ ਘਰੋਂ ਇੱਕ ਦਿਨ ਪਹਿਲਾਂ ਲਾਪਤਾ ਹੋਈ ਸੀ ਅਤੇ ਅਗਲੇ ਦਿਨ ਘਰ ਦੇ ਕੋਲੋਂ ਹੀ ਉਹਦੀ ਜਿਹੜੀ ਲਾਸ਼ ਹੈ ਨਗਨ ਅਵਸਥਾ ਵਿੱਚ ਬਰਾਮਦ ਹੋਈ ਸੀਗੀ। ਤੁਹਾਨੂੰ ਸਭ ਤੋਂ ਵੱਡੀ ਅਹਿਮ ਗੱਲ ਦੱਸਦੇ ਹਾਂ, ਜਿਹੜਾ 2010 ਵਿੱਚ 10 ਸੈਕਟਰ 38 ਵੈਸਟ ਵਿੱਚ ਬਲਾਤਕਾਰ ਤੋਂ ਬਾਅਦ ਜਿਹੜੀ ਹੱਤਿਆ ਉਹਦੀ ਕੀਤੀ ਗਈ ਸੀ ਉਹ ਕੇਸ, ਅਤੇ ਉਸ ਤੋਂ ਬਾਅਦ 2022 ਜਨਵਰੀ ਨੂੰ ਜਿਹੜੀ ਕਿ ਮਹਿਲਾ ਦੀ ਹੱਤਿਆ ਜੰਗਲ ਵਿੱਚ ਕੀਤੀ ਸੀ ਮਲੋਇਆ ਦੇ, ਅਤੇ ਇਹਨਾਂ ਦੇ ਜਿਹੜੇ ਸੈਂਪਲ ਹੈ ਅਤੇ ਉਸ ਮਹਿਲਾ ਦੇ ਜਿਹੜੇ ਸੈਂਪਲ ਹੈ ਆਪਸ 'ਚ ਮੈਚ ਕਰ ਗਏ ਹੈ, DNA ਉਹਨਾਂ ਦਾ ਮੈਚ ਕਰ ਗਿਆ। ਯਾਨੀ ਕਿ ਜਿਹੜਾ 2010 'ਚ ਮਰਡਰ ਕਰਨ ਵਾਲਾ ਜਿਹੜਾ ਸ਼ਖਸ ਹੈ ਅਤੇ ਜਿਹੜਾ ਮਲੋਇਆ 'ਚ 2022 'ਚ ਮਰਡਰ ਕਰਨ ਵਾਲਾ ਸ਼ਖਸ ਹੈ ਉਹ ਇੱਕੋ ਹੀ ਹੈ, ਉਹ ਕੋਈ ਹੋਰ ਦੋ ਬੰਦੇ ਨਹੀਂ ਹੈ, ਇੱਕੋ ਹੀ ਸ਼ਖਸ ਨੇ ਜਿਹੜੀ ਕੀ ਹੈ ਦੋਨੋਂ ਬਲਾਤਕਾਰ ਅਤੇ ਦੋਨੋਂ ਹੱਤਿਆ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਹੈ। ਅਤੇ ਤੁਹਾਨੂੰ ਦੱਸ ਦਿੰਦੇ, ਹੁਣ ਪਲਸੋਰਾ ਵਿੱਚ ਵੀ ਪੁਲਿਸ ਦਾ ਆਈਡੀਆ ਵੀ ਉਹੀ ਲੱਗ ਰਿਹਾ, ਪੁਲਿਸ ਦੀ ਜਾਂਚ ਹੋਰ ਤੇਜ਼ ਹੋ ਰਹੀ ਹੈ ਕਿ ਸ਼ਾਇਦ ਇਹ ਉਹੀ ਸਨਕੀ ਕਿੱਲਰ, ਉਹੀ ਸਾਈਕੋ ਕਿੱਲਰ ਹੋ ਸਕਦਾ ਹੈ ਜਿਹੜਾ ਕਿ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਲੇਕਿਨ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਦੀ ਹਾਈਟੈਕ ਪੁਲਿਸ 14 ਸਾਲਾਂ ਤੋਂ ਇੱਕ ਜਿਹੜਾ ਕਿ ਬਲਾਤਕਾਰੀ ਹੈ, ਇੱਕ ਸਨਕੀ ਜਿਹੜਾ ਹੱਤਿਆਰਾ ਹੈ, ਉਹਨੂੰ ਗ੍ਰਿਫਤਾਰ ਨਹੀਂ ਕਰ ਸਕੀ। ਤੁਹਾਨੂੰ ਦੱਸ ਦਿੰਦੇ ਹਾਂ, ਲਗਾਤਾਰ ਵੀ ਕੱਲ੍ਹ ਜਿਹੜਾ ਪਲਸੋਰਾ ਦੇ ਜੰਗਲ ਹੈ ਉੱਥੋਂ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਅਤੇ ਉਹ ਸਨਕੀ ਜਿਹੜਾ ਹੈ ਹੱਤਿਆਰਾ ਸਨਕੀ ਬਲਾਤਕਾਰੀ ਹੈ ਉਹਦੇ 'ਤੇ ਹੀ ਇਹ ਸ਼ੱਕ ਦੇ ਦਾਇਰੇ ਵਿੱਚ ਹੈ ਅਤੇ ਉਹਦੇ ਪੁਲਿਸ ਨੇ ਲਗਾਤਾਰ ਉਹਦੀ ਤਲਾਸ਼ ਕਰਤੀ ਹੈ। ਲੇਕਿਨ 14 ਸਾਲਾਂ ਤੋਂ ਲਗਾਤਾਰ ਉਹ ਫਰਾਰ ਚੱਲ ਰਿਹਾ ਹੈ ਅਤੇ ਚੰਡੀਗੜ੍ਹ ਪੁਲਿਸ ਬਿਲਕੁਲ ਉਸ ਸ਼ਖਸ ਨੂੰ ਗ੍ਰਿਫਤਾਰ ਕਰਨ 'ਚ ਨਾਕਾਮ ਸਾਬਿਤ ਹੋਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਆਰ ਕੇ ਤਾਂਤਰਿਕ
ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ, ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਚ ਸਮਾਧਾਨ। ਫ੍ਰੀ 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 ਆਰ ਕੇ ਤਾਂਤਰਿਕ, ਮੋਬਾਈਲ 9518555093, 7105 98 475, ਪਤਾ ਪੰਜਾਬ।